ਹੋ ਗਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ, ਅਤੇ ਅੱਜ ਇੱਕ ਵੈਸੇ ਤਾਂ ਮੈਂ ਲਾਈਵ ਹੁੰਦਾ ਨਹੀਂ ਹੁੰਦਾ, ਪਹਿਲੀ ਵਾਰੀ ਲਾਈਵ ਹੋਇਆ ਅੱਜ, ਅਤੇ ਅੱਜ ਇੱਕ ਸਪੈਸ਼ਲ ਅਨਾਊਂਸਮੈਂਟ ਸੀ ਤੁਹਾਡੇ ਸਾਰਿਆਂ ਲਈ, ਅਤੇ ਸਾਰੇ ਮੇਰੇ ਵੀਰ ਜਿਹੜੇ ਵੇਟ ਕਰ ਰਹੇ ਸੀ ਗਾਣੇ ਦੀ, ਹੈ ਨਾ, ਵੀ ਗਾਣਾ ਕਦੋਂ ਆਉਣਾ, ਵੀਰੇ ਗਾਣੇ ਆ ਰਹੇ ਆ, ਅਤੇ ਅੱਜ ਗਾਣਾ ਯਾਨੀ ਕਿ ਜਿਹਦੇ ਕਰਕੇ ਲਾਈਵ ਹੋਇਆ, ਅਤੇ ਮੈਂ ਅਨਾਊਂਸਮੈਂਟ ਕਰਨੀ ਸੀ ਜਿਹੜੇ ਗਾਣੇ ਦੀ, ਉਹ ਗਾਣਾ ਆਪਣਾ ਅੱਜ ਰਿਲੀਜ਼ ਹੋਣਾ ਸ਼ਾਮ ਨੂੰ। ਗਾਣੇ ਦਾ ਨਾਂ ਜੀ ਕੈਡੀਲੈਕ, ਲਿਖਿਆ ਤੁਹਾਡੇ ਭਰਾ ਨੇ ਆ, ਅਤੇ ਮਿਊਜ਼ਿਕ ਮੇਰੇ ਛੋਟੇ ਵੀਰ ਗੇਮ ਚੇਂਜਰ ਦਾ, ਅਤੇ ਇਹ ਰੇਹਾਨ ਪ੍ਰੋਡਕਸ਼ਨਸ, ਅਤੇ ਗਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਐਲੀ ਮਾਂਗੜ, ਅਤੇ ਨਾਲ ਅੱਜ ਆਪਣੇ ਬਾਈ ਹੁਣੀ ਆਏ ਹੋਏ ਤੁਹਾਨੂੰ ਮਿਲਾਉਣਾ ਸਾਰਿਆਂ ਨੂੰ, ਅਤੇ ਲਓ ਜੀ ਅੱਜ ਗਾਣਾ ਰਿਲੀਜ਼ ਕਰਨਾ ਆਪਾਂ ਕੈਡੀਲੈਕ, ਅੱਜ ਸ਼ਾਮ ਨੂੰ ਹੋਣਾ ਸਾਰਿਆਂ ਨੂੰ। ਅਤੇ ਨਾਲ ਆਪਣੇ ਹੈਗੇ ਆ ਕਬੀਰ ਵੀਰਾ, ਅਭਿਜੀਤ ਬਾਈ, ਚੀਮਾ ਬਾਈ, ਖੰਗੂੜਾ ਬਾਈ, ਅਤੇ ਸਾਡੇ ਸੁਪਰ ਸਟਾਰ ਸੰਧੂ ਸਾਹਿਬ, ਅਤੇ ਪੰਕਾ ਵੀਰਾ, ਅਤੇ ਮਿਸਟਰ ਬਾਜਵਾ, ਅਤੇ ਕਮਰ ਵੀਰਾ। ਅਤੇ ਅੱਜ ਆਪਾਂ ਵੈਸੇ ਇਕੱਠੇ ਦਾ ਕਿਸੇ ਹੋਰ ਪਰਪਸ ਕਰਕੇ ਹੋਏ ਸੀਗੇ, ਅਤੇ ਇੱਕ ਗਾਣਾ ਆਪਾਂ ਹੋਰ ਕਰ ਰਹੇ ਹਾਂ, ਅਤੇ ਨੂਰ ਵੀਰਾ ਮੇਰਾ ਰਹਿ ਗਿਆ ਸੀ, ਅਤੇ ਇੱਕ ਆਉਣਾ ਹੋਰ ਵੀ ਇੱਕ ਅਨਾਊਂਸਮੈਂਟ ਕਰਨੀ ਸੀ, ਅਤੇ ਆਪਣੇ ਆਹ ਗਾਣਿਆਂ ਤੋਂ ਬਾਅਦ 9 ਮਈ ਨੂੰ ਗਾਣਾ ਆਉਣਾ ਆਪਣਾ, ਕੀ ਨਾਮ ਆਉਣਾ ਬਾਈ, ਮਸਟੈਂਗ, ਨਹੀਂ 9 ਮਈ ਨੂੰ ਆਪਣੀ ਮਿਊਜ਼ਿਕ ਕੰਪਨੀ ਖੋਲੀ ਆ, 13 ਮਿਊਜ਼ਿਕ ਰੈਕਰਡ, 13 ਮਿਊਜ਼ਿਕ ਰੈਕਰਡ, ਥੋੜੀ ਅੰਗਰੇਜ਼ੀ ਕਮਜ਼ੋਰ ਆ ਮੇਰੀ, ਤੇ ਉਹਦੇ ਥਰੂ ਆਪਾਂ ਪਹਿਲਾ ਗਾਣਾ ਕਰ ਰਹੇ ਹਾਂ, ਤੇ ਮੇਰਾ ਆਪਦਾ ਡੈਬਿਊ ਗਾਣਾ ਉਹ, ਤੇ ਉਹ ਗਾਣੇ ਦਾ ਨਾਮ ਬਸ ਹੀ ਆ ਜੀ, ਤੇ ਗਾਣੇ ਦਾ ਨਾਂ ਜੀ ਨਾਗਣੀ, ਤੇ 13 ਤਰੀਕ ਨੂੰ ਤੁਹਾਡੇ ਸਾਹਮਣੇ ਆਪਾਂ ਉਹਨੂੰ ਪੇਸ਼ ਕਰਾਂਗੇ। ਉਮੀਦ ਆ ਵੀ ਤੁਸੀਂ ਸਾਰੇ ਪਿਆਰ ਦਿਓਗੇ ਸਾਰੇ ਗਾਣਿਆਂ ਨੂੰ। ਰਮਨ ਧਾਲੀਵਾਲ, ਥੈਂਕ ਯੂ ਵੀਰੇ, ਐਲੀ ਬਾਈ ਪਤਾ ਨਹੀਂ ਯਾਰ ਕਿੱਥੇ ਬਾਈ ਬਿਜ਼ੀ ਹੋਣਾ, ਆਏ ਤਾਂ ਅਸੀਂ ਹੋਈ ਹਾਂ ਸਾਰੇ ਦੋਸਤ ਮਿੱਤਰ, ਅਤੇ ਹਾਂ ਨਾਗਣੀ, ਬਸ ਤੁਹਾਨੂੰ ਥੋੜ੍ਹਾ ਇੱਕ ਹਿੰਟ ਦੇ ਸਕਦਾ ਮੈਂ, ਨਾਗਣੀ ਹੈ ਕੀ, ਨਾਗਣੀ 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 ਆਹ ਚੀਜ਼ ਹੈ ਜੀ, ਬਾਕੀ ਤੁਹਾਨੂੰ ਗਾਣੇ ਤੋਂ ਬਾਅਦ ਦੱਸਾਂਗੇ। ਹਾਂਜੀ ਦੇਖ ਲਓ, ਗੋਰੇ ਵੀ ਖੁਸ਼ ਹੁੰਦੇ ਆ ਨਾਗਣੀ ਦੇਖ ਕੇ, ਬਾਈ ਦੀਆਂ ਬਾਈ ਹੋਣਾ ਦੀ ਕਲੈਕਸ਼ਨ ਦੇਖ ਕੇ, ਗੱਡੀਆਂ ਦੇਖ ਕੇ, ਗੋਰੀ ਹੱਥ ਮਾਰ ਕੇ ਗਈ ਆ, ਤੇ ਸਾਰੇ ਗਾਣੇ ਨੂੰ ਪਿਆਰ ਦੇਣਾ ਬਾਈ ਤੁਸੀਂ, ਤੇ ਵਧੀਆ ਸ਼ੇਅਰ ਕਰਨਾ, ਸਪੋਰਟ ਕਰਨਾ, ਜੋ ਤੁਹਾਡੀ ਸਾਰੀ ਹੱਲਾ ਸ਼ੇਰੀ ਦੇ ਨਾਲ ਹੀ ਆ, ਤੇ ਜੋ ਵੀ ਆਪਾਂ ਗਾਣੇ ਅੱਗੇ ਕਰਾਂਗੇ ਤਾਂ ਹੀ ਇੱਕ, ਤੇ ਬਾਈ ਹਾਂ ਸਾਡਾ ਜਿਹੜਾ ਮੇਨ ਮੁੰਡਾ ਬਾਈ ਬਾਂਕੇ ਵੀਰ ਦਾ ਰੈਪ ਆ ਵਿੱਚ ਆਪਣੇ ਉਹਦੇ ਚ ਨਾਗਣੀ ਗਾਣੇ ਚ ਉਸਤਾਦ ਦਾਸ ਨੇ ਵਿੱਚ ਥੋੜਾ ਜਿਹਾ ਕੋਸ਼ਿਸ਼ ਕੀਤੀ ਹੈ ਕਰਨ ਦੀ, ਬਾਕੀ ਤੁਹਾਨੂੰ ਪਤਾ ਸਿੱਧੂ ਬਾਈ ਲਿਖਦਾ ਬਹੁਤ ਵਧੀਆ, ਤੇ ਆਪਾਂ 13 ਤਰੀਕ ਨੂੰ ਮਿਲਦੇ ਆ ਜੀ, ਯਾ 13 ਮਈ ਨੂੰ ਤੇ 13 ਮਿਊਜ਼ਿਕ ਰੈਕਟ ਤੇ ਠਾ ਠਾ ਪੂਰੀ ਪਾਰਟੀ ਰੱਖੀ ਹੋਈ ਹੈ ਜੀ, ਲਾਂਚ ਪਾਰਟੀ ਬ੍ਰੈਂਪਟਨ ਦੇ ਵਿੱਚ, ਤੇ ਜਿਹੜੇ ਵੀ ਬ੍ਰੈਂਪਟਨ ਦੇ ਵਿੱਚ ਹੈਗੇ ਨੇ ਸਾਰਿਆਂ ਨੇ ਪਹੁੰਚਣਾ ਆ, ਤੇ ਬਹੁਤ ਛੇਤੀ ਆਪਾਂ ਅੱਜ ਜਾਂ ਕੱਲ ਦੇ ਵਿੱਚ ਪੋਸਟਰ ਰਿਲੀਜ਼ ਕਰਾਂਗੇ। ਸਹੀ ਹੈ ਜੀ, ਬਹੁਤ ਛੇਤੀ ਪਟਾਕਾ ਪੈਣਾ ਜੀ, ਪਟਾਕਾ ਪੜਾਕੇ ਪੜਾਕੇ ਪੈਣੇ ਆ, ਪੜਾਕੇ ਬੈਕ ਟੂ ਬੈਕ, ਲਾਈਕ ਨੋਟ ਕਰ ਲਓ ਡੇਟ, ਐਵਰੀ ਮੰਥ 13th ਆਫ ਐਵਰੀ ਮੰਥ ਤੁਹਾਡੇ ਲਈ ਇੱਕ ਨਵਾਂ ਗਾਣਾ ਰੈਡੀ ਹੋਇਆ ਕਰੂਗਾ ਜੀ, ਉਹ ਵੀ ਪੂਰਾ ਕੋਕਾ, ਬਸ ਤੁਸੀਂ ਨਾਲ ਰਹਿਣਾ ਤੇ ਸਾਡਾ ਸਾਥ ਦੇਣਾ, ਹੁਣ ਤੁਸੀਂ ਪੱਬ ਚੱਕ ਚੱਕ ਕੇ ਦੇਖਦੇ ਨੇ ਕਾਕੇ ਕਾਲੀ ਮਸਟੈਂਗ ਤੇ ਸਟ੍ਰੇਟ ਪਾਈਪ ਦੇ ਪਟਾਕੇ, ਹੁਣ ਸੁਣੋ ਸਾਡਾ ਬਾਈ ਕਮਰ ਜਿਹੜਾ ਆਪਣਾ ਸਾਰਾ ਕੁਝ
ਪੇਜ ਵਗੈਰਾ ਸਾਰਾ ਕੁਝ ਦੇਖਦਾ ਤੇ ਹਾਂ ਪਿਆਰ ਦੇਣਾ ਪੂਰਾ ਗਾਣੇ ਨੂੰ ਜਿਵੇਂ ਪਹਿਲਾਂ ਹੀ ਤਰ੍ਹਾਂ ਬਾਈ ਦਾ ਗਾਣਾ ਆਇਆ ਸੀ ਲਾਇਸੈਂਸ ਗਾਣਾ ਆਇਆ ਸੀ ਨੀਜੇ ਬਾਈ ਦਾ ਬਾਈ ਨੇ ਲਿਖ ਕੇ ਦਿੱਤਾ ਸੀਗਾ ਨੀਜੇ ਨੂੰ ਲਾਇਸੈਂਸ ਗਾਣਾ ਜਿਵੇਂ ਉਹਨੂੰ ਪਿਆਰ ਕੀਤਾ ਉਵੇਂ ਬਾਈ ਦੇ ਬਾਕੀ ਗਾਣਿਆਂ ਨੂੰ ਵੀ ਬਸ ਇਦਾਂ ਹੀ ਪਿਆਰ ਦਿੰਦੇ ਰਹੇ ਓਕੇ ਜੀ ਲਵ ਯੂ ਆਲ ਹੋਰ ਵੀ ਗਾਣੇ ਆ ਰਹੇ ਤੇ ਤੁਹਾਨੂੰ ਛੇਤੀ ਅਪਡੇਟ ਕਰਾਂਗੇ ਲਵ ਯੂ ਆਲ ਠੀਕ ਹੈ ਓਕੇ ਮੇਰੇ